ਇਸ ਤਰ੍ਹਾਂ ਵਾਰਡਾ ਸ਼ੇਅਰਿੰਗ ਵਿੱਚ ਇੱਕ ਅੰਪੇਅਰ ਦੀ ਵੀ ਅਗਰ ਉਹਨੂੰ ਜ਼ਰੂਰਤ ਪਈ ਨਾ ਤਾਂ ਇੱਕ ਅੰਪੇਅਰ ਲਏਗਾ, ਦੋ ਦੀ ਪਈ ਦੋ ਅੰਪੇਅਰ ਲਏਗਾ। ਜਿਸ ਤਰ੍ਹਾਂ ਅਗਰ ਵਾਟ ਸੋਲਰ ਦੇ ਪੂਰੇ ਹੁੰਦੇ ਜਾਣਗੇ ਨਾ, ਸੋਲਰ ਦੀ ਫ੍ਰੀਕੁਐਂਸੀ ਅਗਰ 50 ਹੋ ਗਈ ਹੈ ਤਾਂ ਫਿਰ ਵਾਰਡਾ ਲੋ ਜ਼ੀਰੋ ਹੋ ਜਾਏਗਾ ਐਟੋਮੈਟਿਕਲੀ। ਉਹਦੇ ਵਾਸਤੇ ਪਿੱਛੇ ਡੀਸੀ ਵੋਲਟੇਜ ਜ਼ਿਆਦਾ ਹੋਣੇ ਜ਼ਰੂਰੀ ਨੇ ਏਸੀ ਵੋਲਟੇਜ ਤੋਂ, ਅਤੇ ਫਿਰ ਹੀ ਐਟੋਮੈਟਿਕ ਸ਼ੇਅਰਿੰਗ ਸਹੀ ਰਹੇਗੀ। ਅਤੇ ਉਸ ਤੋਂ ਇਲਾਵਾ ਚੇਂਜ ਓਵਰ ਅਤੇ ਕਸੂਰੀ ਸਟਾਰਟਰ ਵੀ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਸ਼ੇਅਰਿੰਗ ਕਰਨ। ਰਾਤ ਨੂੰ ਡੀਸੀ ਬ੍ਰੇਕਰ ਔਫ ਕਰ ਦੇਣ ਅਤੇ ਏਸੀ ਬ੍ਰੇਕਰ ਜਿਹੜਾ ਲੱਗਾ ਹੁੰਦਾ ਸ਼ੇਅਰਿੰਗ ਵਾਸਤੇ ਉਹਨੂੰ ਔਨ ਕਰ ਦੇਣ, ਰਾਤ ਨੂੰ ਉਹਨਾਂ ਦੀ ਵਾਲਡਾ ਵੀ ਇਨਵਰਟਰ ਤੋਂ ਚੱਲੇਗੀ, ਕਸੂਰੀ ਸਟਾਰਟਰ ਵੀ ਖਤਮ ਹੋ ਜਾਂਦਾ, ਚੇਂਜ ਓਵਰ ਵੀ ਖਤਮ ਹੋ ਜਾਂਦਾ, ਉਹ ਪੈਸੇ ਬਚ ਜਾਂਦੇ ਨੇ। ਜਿਹੜੀ ਬ੍ਰਿਜ ਹੈ, ਬ੍ਰਿਜ ਲਾਉਣ ਦਾ ਮਕਸਦ ਇਹ ਹੋਏਗਾ ਕਿ ਜਿਹੜਾ ਡੀਸੀ ਕਰੰਟ ਹੋਏਗਾ ਨਾ ਉਹਦੇ 'ਤੇ ਬ੍ਰਿਜ ਲਾਉਣੀ ਹੈ, ਅਤੇ ਉੱਧਰ ਫਿਰ ਨਾ ਏਸੀ ਕਰੰਟ ਵਾਪਸ ਨਹੀਂ ਜਾਂਦਾ ਪਲੇਟਾਂ ਵਾਸਤੇ, ਸਿਰਫ ਉਹ ਪਲੇਟਾਂ ਦੀ ਪ੍ਰੋਟੈਕਸ਼ਨ ਵਾਸਤੇ ਬ੍ਰਿਜ ਲਾਉਣਾ। ਇਸ ਤੋਂ ਬਾਅਦ ਭਾਈ ਸੋਲਰ ਨਾ 6 ਕਿਲੋਵਾਟ ਹੈ ਇਹਨਾਂ ਦੀ ਮੋਟਰ ਤੋਂ, ਸੋਲਰ ਜ਼ਿਆਦਾ, ਮੋਟਰ ਇਹਨਾਂ ਦੀ 22 ਕਿਲੋਵਾਟ ਹੈ, ਸੋਲਰ ਇਹਨਾਂ ਦਾ 26 ਕਿਲੋਵਾਟ ਦੇ ਕਰੀਬ ਹੈ। ਸੋਲਰ ਫਿਕਸ ਪਲੇਟਾਂ ਨੇ, ਫਿਕਸ ਦੀ ਵਜ੍ਹਾ ਤੋਂ ਨਾ ਸੋਲਰ ਮੋਟਰ ਦੀ ਤਾਕਤ ਤੋਂ ਜ਼ਿਆਦਾ ਲਾਇਆ ਹੈ, 56 ਪਲੇਟਾਂ ਨੇ ਟੋਟਲ। ਸ਼ੇਅਰਿੰਗ ਦੀ ਜ਼ਰੂਰਤ ਨਾ ਭਾਈ, ਜਿਸ ਦਿਨ ਚੱਪਲ ਵਗੈਰਾ ਉਹਨੂੰ ਉਸ ਦਿਨ ਹੋ ਸਕਦੀ ਹੈ, ਜਾਂ ਫਿਰ ਰੂਟੀਨ 'ਚ ਸ਼ਾਮ ਨੂੰ 4 ਵਜੇ ਸ਼ੇਅਰਿੰਗ ਸ਼ੁਰੂ ਕਰ ਲੈਂਦੇ ਨੇ ਕਈ ਲੋਕ, ਤਾਂ ਕਿ ਪ੍ਰੈਸ਼ਰ ਪੂਰਾ ਲੈ ਪਾਣੀ ਦਾ, ਪ੍ਰੈਸ਼ਰ ਡਾਊਨ ਨਾ ਹੋਵੇ ਅਤੇ ਉਹ ਜਲਦੀ ਰੀਚ ਹੁੰਦਾ ਜਾਂਦਾ ਸ਼ੇਅਰਿੰਗ।